ਲੁਧਿਆਣਾ ਦੇ ਵਿੱਚ ਗੁੰਡਾਗਰਦੀ ਦੀਆਂ ਹੱਦਾਂ ਪਾਰ ਹੋਈਆਂ। ਮੰਦਿਰ ਦੇ ਲੰਗਰ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਔਰ ਅੱਜ ਸਕੂਟੀ ਤੇ ਸਵਾਰ ਦੋ ਨੌਜਵਾਨਾਂ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਤੇ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਦੀ ਬਿੰਦਰਾ ਕਲੋਨੀ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਮੰਦਿਰ ਦੇ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਸੀ। ਮੰਦਿਰ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਹੁਕਮ ਦਿੱਤੇ ਗਏ ਕਿ ਜਿਸ ਨੇ ਵੀ ਲੰਗਰ ਨੂੰ ਛਕਣਾ ਹੈ ਉਹ ਬੈਠ ਕੇ ਛਕਣ, ਕਿਸੇ ਨੂੰ ਵੀ ਘਰ ਪੈ ਕਰਨ ਦੀ ਆਗਿਆ ਨਹੀਂ ਹੈ। ਇਲਾਕੇ ਦੇ ਵਿੱਚ ਨਰੇਸ਼ ਨਾਂ ਦਾ ਨੌਜਵਾਨ ਉਹਨਾਂ ਨੂੰ ਲੰਗਰ ਪੈਕ ਕਰਕੇ ਆਪਣੇ ਦੋਸਤਾਂ ਨੂੰ ਦੇਣ ਲਈ ਕਹਿਣ ਲੱਗਾ। ਜਦੋਂ ਉਹਨਾਂ ਨੌਜਵਾਨਾਂ ਨੂੰ ਮਨ੍ਹਾ ਕੀਤਾ ਤਾਂ ਉਹਨਾਂ ਨੇ ਹਫ਼ਤਾ ਪਹਿਲਾਂ ਧਾਰਮਿਕ ਸਮਾਗਮ ਨੂੰ ਵੀ ਵਿਗਾੜ ਦਿੱਤਾ। ਉਸ ਦਿਨ ਵੀ ਲੋਕਾਂ ਨੇ ਉਹਨਾਂ ਨੌਜਵਾਨਾਂ ਨੂੰ ਕੁੱਟਿਆ ਸੀ। ਹੁਣ ਬੀਤੇ ਦਿਨ ਉਹਨਾਂ ਨੇ ਸੋਨੂੰ ਅਤੇ ਦਲੀਪ ਨੂੰ ਘੇਰ ਕੇ ਦਾਤਰਾਂ ਅਤੇ ਚਾਕੂਆਂ ਦੇ ਨਾਲ ਜ਼ਖਮੀ ਕਰ ਦਿੱਤਾ। ਸੋਨੂੰ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਘਟਨਾ ਸੰਬੰਧੀ ਥਾਣਾ ਦਰੇਸੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਇਲਾਕੇ ਦੇ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਹਮਲਾਵਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਇਹ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ। ਤਾਂ ਸਕੂਟੀ 'ਤੇ ਸਵਾਰ ਇਹਨਾਂ ਦੋ ਨੌਜਵਾਨਾਂ ਨੂੰ ਘੇਰ ਲਿਆ। ਇੱਕ ਤਾਂ ਉੱਥੋਂ ਫਰਾਰ ਹੋ ਗਿਆ, ਹਾਲਾਂਕਿ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਗਈ, ਔਰ ਇੱਕ ਇਹਨਾਂ ਬਦਮਾਸ਼ਾਂ ਦੇ ਅੜਿੱਕੇ ਚੜ੍ਹ ਗਿਆ ਜਿਸ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ। CCTV ਕੈਮਰੇ ਦੇ ਵਿੱਚ ਪੂਰੀ ਵਾਰਦਾਤ ਕੈਦ ਹੋਈ ਹੈ। ਗੱਲ ਸਿਰਫ ਇਹ ਸੀ ਕਿ ਲੰਗਰ ਘਰ ਲਿਜਾਣ ਦੇ ਲਈ ਮਨ੍ਹਾ ਕੀਤਾ ਸੀ, ਜਿਸ ਤੋਂ ਬਾਅਦ ਇਹਨਾਂ ਨੇ ਆਪਣੇ ਦਿਲ ਦੇ ਵਿੱਚ ਕਿੜ ਰੱਖੀ ਔਰ ਅੱਜ ਟਾਈਮ ਚੱਕ ਕੇ ਸਕੂਟੀ 'ਤੇ ਸਵਾਰ ਇਹਨਾਂ ਦੋ ਨੌਜਵਾਨਾਂ ਨੂੰ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ, ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ। ਸਰ ਕਿਆ ਨਾਮ ਹੈ? ਦਲੀਪ ਕੁਮਾਰ। ਦਲੀਪ ਜੀ, ਕਿਆ ਹੋਇਆ, ਆਪ ਹਸਪਤਾਲ ਆਏ ਹੋ? ਸਰ ਮੈਂ, ਮੇਰਾ ਫਰੈਂਡ ਸੋਨੂੰ ਜੀ, ਅੱਜ ਦੋਨੋਂ ਆਪਣੀ ਸ਼ੋਪ ਤੋਂ ਨਿਕਲ ਕੇ CMC ਹੋਸਪਿਟਲ ਨੂੰ ਆ ਰਹੇ ਸੀ। ਸਾਡੇ ਰਿਲੇਸ਼ਨ 'ਚ ਐਡਮਿਟ ਨਹੀਂ, ਉਹਨਾਂ ਨੂੰ ਮਿਲਣ ਆਏ ਸੀ ਅਤੇ ਸਾਡੀ ਸ਼ੋਪ ਤੋਂ ਗਿਣਤੀ ਦਸ ਕਦਮ ਹੋਣਗੇ ਜੀ। ਉੱਥੇ ਖੜ੍ਹ ਕੇ ਮੁੰਡੇ, ਅਸੀਂ ਜੋ ਨਿਕਲ ਲੱਗੇ ਮੁੰਡੇ, ਸਾਨੂੰ ਘੇਰਾ ਪਾ ਲਿਆ, ਸਾਨੂੰ ਟੋਕੇ ਮਾਰੇ ਜੀ ਮੈਨੂੰ। ਕਿੰਨੇ ਲੜਕੇ ਸੀ ਉਹ? ਗਿਣਤੀ 8-9 ਐਕਟਿਵਾ ਹੋਣੀ ਇਹਨਾਂ ਕੋਲ, ਵਿੱਚ ਮੋਟਰਸਾਈਕਲ ਵੀ ਸੀ। 18-19 ਮੁੰਡੇ ਹੋਣਗੇ। ਸੋਨੂੰ ਦੇ ਕਿੰਨੀਆਂ? ਸੋਨੂੰ ਦੇ ਬਹੁਤ ਮਾਰੀਆਂ ਜੀ, ਮੈਨੂੰ ਉਹਨਾਂ ਨੇ 50 ਜੀ, 50 ਮਾਰੇ, ਸੱਟਾਂ ਮੇਰੀਆਂ ਬਹੁਤ ਮਾਰੀਆਂ। ਅਤੇ ਕਾਰਨ ਕੀ ਹੈ ਦੁਸ਼ਮਣੀ? ਕਾਰਨ ਕੁਛ ਨਹੀਂ ਹੈ ਜੀ, ਸਾਡਾ ਇਹਨਾਂ ਨੇ ਮੇਲਾ ਖਰਾਬ ਕੀਤਾ ਸੀ ਜੀ। ਕੱਲ੍ਹ ਇਹਨਾਂ ਨੂੰ ਸਮਝਾਇਆ ਸੀ ਮੇਲੇ ਦੇ ਬਾਅਦ, ਅਤੇ ਇਹਨਾਂ ਨੇ ਕਿਹਾ ਕੋਈ ਨਹੀਂ ਕਰ ਲਾਂਗੇ। ਅਸੀਂ ਰਾਤੀ ਨੂੰ ਸਮਝਾਇਆ ਅਤੇ ਮੰਨ ਗਏ ਸੀ, ਅਸੀਂ ਸਾਡੇ ਨਾਲ ਇੱਦਾਂ ਕਰਤਾ ਜੀ। ਇਹ ਹੈਗੇ ਇਲਾਕੇ ਦੇ ਹੀ ਨੇ? ਨਹੀਂ, ਇਹ ਸਾਨੂੰ ਨਹੀਂ ਪਤਾ ਕੌਣ ਹੈ ਜੀ, ਡਿਫਾਲਟਰ ਨੇ ਜੀ, ਇਹ ਸਾਰੇ ਲੁੱਟ ਖੋ ਵਾਲੇ ਜੀ। ਅੱਛਾ, ਇਹਨਾਂ ਦੇ ਨਾਮ ਕੁਛ ਪਤਾ ਹੋਣਾ? ਇੱਕ ਦੋਵਾਂ ਨਾਮ ਪਤਾ ਜੀ, ਇੱਕ ਦਾ ਗੋਰੀ, ਇੱਕ ਦਾ ਕਾਕਾ, ਬਾਕੀ ਸਾਰੇ ਇਹਨਾਂ ਨਾਲ ਸੀਗੇ ਜੀ। ਉਹ ਕਰਦੇ ਕੀ ਭਾਈ? ਲੁੱਟ ਖੋਵਾ ਕਰਦੇ ਜੀ। ਦੋਨਾਂ ਜਿਹੜੇ ਜਾਇਜ਼ ਸੱਟ ਲੱਗੀ ਉਹ ਹੈਗਾ ਸੋਨੂੰ ਨਾਮ ਉਹਦਾ, ਦੂਜੇ ਦਾ ਹੈਗਾ ਦਲੀਪ। ਹੋਇਆ ਕੀ ਸੀ ਅੱਜ? ਹੋਇਆ ਸਰ ਅੱਜ ਕੀ ਹੈ, ਮੈਂ ਦੱਸਦਾ, ਜੋ ਰਿਐਲਟੀ ਜੋ ਪਿਛਲੇ ਪੰਜ ਬਿੰਦਰਾ ਕਲੋਨੀ ਸਾਡਾ ਮਾਤਾ ਦਾ ਮੇਲਾ ਸੀਗਾ, ਮੇਲਾ 'ਤੇ ਸੀਗਾ, ਅਸੀਂ ਕੀ ਕਿਤੇ ਪ੍ਰਸ਼ਾਦ ਬਣਾਇਆ ਸੀਗਾ, ਠੀਕ ਹੈ, ਅਸੀਂ ਲੰਗਰ ਬਣਾਇਆ ਸੀਗਾ ਅਤੇ ਲੰਗਰ 'ਤੇ ਸੀ ਕਿ ਵੀ ਸਭ ਨੂੰ ਇਹ ਕਿਹਾ ਵੀ ਲੰਗਰ ਕਿਸੇ ਨੂੰ ਦੇਣਾ ਨਹੀਂ, ਖਾਲੀ ਬਿਠਾ ਕੇ ਖਵਾਓ, ਅਤੇ ਜਿਹੜੇ ਮੁੰਡੇ ਇਹ ਜਿਹੜੇ ਮੁੰਡੇ ਹਥਿਆਰ ਲੜੇ ਆ ਇਹਨਾਂ ਨੇ ਕਿਹਾ ਵੀ ਸਾਨੂੰ ਪੈਕਿੰਗ ਕਰਕੇ ਦਿਓ। ਅਸੀਂ ਕਹੀ ਜਿਹੜੇ ਮੁੰਡੇ ਸੀਗੇ ਜਿਹਨੇ ਭੇਜਿਆ ਬੰਦਾ ਉਹਦਾ ਨਾਮ ਸੀ ਨਰੇਸ਼, ਠੀਕ ਹੈ, ਉਹਨੇ ਕਿਹਾ ਵੀ ਲੰਗਰ ਪਾ ਕੇ ਦਿਓ, ਅਸੀਂ ਕਿਹਾ ਲੰਗਰ ਨਹੀਂ ਪਾ ਕੇ ਦੇਣਾ, ਉਹ ਚਲਾ ਗਿਆ। ਉਹ ਜਿਹੜੇ ਨਾਲ ਦੇ ਮੁੰਡੇ ਉਹਨਾਂ ਨੇ ਕਿਹਾ ਤੈਨੂੰ ਕਿੱਦਾਂ ਪਾ ਕੇ, ਤਾਂ ਉਹ ਆਏ ਆ।
ਇਹ ਨਹੀਂ ਆਇਆ। ਉਸ ਤੋਂ ਬਾਅਦ ਇਹ ਉਹ ਮੁੰਡੇ ਆਏ, ਮੁੰਡੇ ਆਏ ਕਹਿੰਦੇ ਭਾਈ ਤੂੰ ਕਿੱਦਾਂ ਨਹੀਂ ਪਾ ਕੇ ਦਿੱਤਾ, ਕਹਿੰਦਾ ਉਹਨੂੰ ਘਰੇ ਜਾ ਕੇ ਉਹਦੇ ਘਰੇ ਜਾ ਕੇ ਧਮਕੀ ਦੇ ਕੇ ਆਏ। ਫਿਰ ਅਸੀਂ ਚਲੋ ਮੱਲੇਦਾਰੀ ਕੋਲ, ਚਲੋ ਛੱਡੋ ਮੱਲੇਦਾਰੀ ਹੈ, ਕਿਉਂ ਕਿਸੇ ਨੇ ਲੜਨਾ, ਇੱਕ ਜਗ੍ਹਾ ਰਹਿਣਾ ਆਪਾਂ ਨਹੀਂ ਲੜਨਾ ਹੈਗਾ, ਚਲ ਗੱਲ ਕਮੇਟੀ ਦਾ ਬੰਦਾ ਕੈਸ ਨਹੀਂ, ਉਹਦੇ ਦੋਸਤ ਸੀਗੇ, ਉਹਨਾਂ ਦੇ ਮੈਂਬਰ ਹੀ ਅਸਾਂ ਸਾਰਿਆਂ ਦੇ। ਜੇ ਉਸ ਤੋਂ ਅਸੀਂ ਮਨਾ ਕਰਤਾ ਸੀ ਕਿ ਨਹੀਂ ਦੇਣਾ ਹੈਗਾ ਲੰਗਰ, ਉਹ ਜਦੋਂ ਉਹਦੇ ਨਾਲ ਗੱਲ ਸਮਝਾ ਕੇ ਖਤਮ ਕਰਾਤੇ। ਉਸ ਤੋਂ ਬਾਅਦ ਸਾਡੇ ਕੋਲ ਇਸ ਮੰਡੇ ਨੂੰ ਆਏ, ਮੰਡੇ ਨੂੰ ਆਏ ਕਹਿੰਦੇ ਜੀ ਆਪਾਂ ਨਾ ਬਹਿ ਕੇ ਰਾਜੀਨਾਮਾ ਕਰਨਾ, ਆਪਾਂ ਲੜਨਾ ਨਹੀਂ ਹੈਗਾ, ਇੱਕੋ ਰਹਿਣ ਵਾਲੇ ਹਾਂ, ਸਾਡੀ ਗੱਲ ਹੋ ਗਈ। ਉਸ ਤੋਂ ਬਾਅਦ ਫਿਰ ਮੈਨੂੰ ਕੱਲ੍ਹ ਬੁਲਾਇਆ ਇਹਨਾਂ ਨੇ, ਮੈਨੂੰ ਕਹਿੰਦਾ ਵੀ ਇੱਦਾਂ ਦਾ ਰਾਜੀਨਾਮਾ ਕਰਨਾ, ਰਾਜੀਨਾਮੇ ਗੱਲ ਹੋਈ। ਉਸ ਤੋਂ ਬਾਅਦ ਅੱਜ ਦਾ ਟਾਈਮ ਰੱਖਿਆ ਸੀ ਵੀ ਜਿਹੜੇ ਬੰਦੇ ਹੋਰ ਵੀ ਸੀ ਲੜੇ ਉਹ ਸਾਰੇ ਥੋੜ੍ਹਾ ਸਾਡੇ ਇਹੀ ਸੀਤਲਾ ਮਾਤਾ ਮੇਲਾ ਕਰਨਾਲ ਹੋ ਰਿਹਾ, ਸਾਰੇ ਉੱਥੇ ਪਹੁੰਚੇ ਸੀ ਬੰਦੇ ਸਾਰੇ। ਅਸੀਂ ਕਿਹਾ ਚਲੋ ਕੱਲ੍ਹ ਦਾ ਟਾਈਮ ਰੱਖ ਲਓ, ਸ਼ੁੱਕਰਵਾਰ, ਸ਼ੁੱਕਰ ਆਪਾਂ ਜੋ ਵੀ ਲਿਖ ਪੜ੍ਹ ਕਰਕੇ ਸਾਰੇ ਮੁੱਲੇ ਇਕੱਠੇ ਕਰਕੇ ਆਪਾਂ ਜੋ ਵੀ ਇਹ ਫੈਸਲਾ ਕਰਾਂਗੇ। ਅੱਜ ਇਹ ਪਿਛਲੇ ਆਪਣੀ ਦੁਕਾਨ ਹੈ ਇਹਨਾਂ ਦੀ ਮੋਬਾਈਲਾਂ ਦੀ, ਉਹ ਮੋਬਾਈਲਾਂ ਦੁਕਾਨ 'ਤੇ ਇਹ ਸੋਨੂ ਨਾਇਡੂ ਦੀ, ਇਹਨਾਂ ਨਾਇਡੂ ਦੁਕਾਨ ਆ ਅਤੇ ਦੁਕਾਨ 'ਤੇ ਆਪਣਾ ਜੋ ਵੀ ਕੈਸ਼ ਕੁਸ਼ ਜੋ ਵੀ ਹਿਸਾਬ ਤਾਂ ਦੇਣ ਗਿਆ ਵੀ ਜਿੰਨਾ ਮਨੀ ਟ੍ਰਾਂਸਫਰ ਜੋ ਵੀ ਹੋੜ ਗਿਆ। ਉਸ ਤੋਂ ਬਾਅਦ ਇਹ ਕੀ ਹੋਇਆ ਕਿ ਪਤਾ ਹੀ ਕਿਤੇ ਠੇਕੇ 'ਤੇ ਰੋਕ ਕੇ ਜਿਹੜੇ ਮੇਨ ਜਿਹੜੇ ਮਾਰਿਆ ਕਹਿੰਦਾ ਗੋਰੀ ਸੀ ਅਤੇ ਕਾਕਾ ਸੀ, ਜੋ ਉਹਨੇ ਦੱਸਿਆ ਮੈਨੂੰ ਸਾਨੂੰ ਕਹਿੰਦੇ ਦੋਨਾਂ ਨੇ ਦੋਸਤ ਨੇ, ਹਾਂਜੀ ਹਾਂਜੀ ਦੋਸਤ ਨੇ। ਠੀਕ ਹੈ, ਉਹ ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਬਾਕੀ ਜਿਹੜੇ 15-20 ਬੰਦੇ ਸੀਗੇ ਉਹ ਅਦਰ ਬੰਦੇ ਸਾਨੂੰ ਨਹੀਂ ਪਤਾ, ਬਾਕੀ ਉਹਨੂੰ ਜੋ ਰਿਐਲਟੀ ਹੈ ਸੋਨੂੰ ਨੂੰ ਪਤਾ ਕਿਹੜੇ ਕਿਹੜੇ ਬੰਦੇ ਕੀ ਸੀ, ਕੌਣ ਕੌਣ ਸੀ ਨਾਲ ਸੀ, ਕਿੰਨੇ ਬੰਦੇ ਉਹਨੇ ਦੱਸਿਆ ਉਹਦੇ ਜਿਹੜੇ ਦਲੀਪ ਸੀ ਉਹ ਕਰੇ 15-20 ਬੰਦੇ ਸੀਗੇ ਜਿਹਨੇ ਮੇਨ ਮਾਰਿਆ ਕਾਕਾ ਅਤੇ ਕਹਿੰਦੇ ਉਹ ਗੋਰੀ ਮੁੰਡੇ, ਇਹਨੇ ਦੋਨੇ ਨੇ ਮਾਰਿਆ, ਕਹਿੰਦੇ ਟੋਕੇ ਮਾਰੇ। ਸੋਨੂੰ ਦੇ ਦਾਤ ਕਿੰਨੇ ਕੁ ਵੱਜੇ ਆ? ਸੋਨੂੰ ਦਾਤ ਸਰ ਪੈਰਾਂ ਦੇ ਵੱਜੇ ਹੋਏ ਆ ਅਤੇ ਬਕਾਇਦਾ ਮੱਥੇ ਦੇ ਇੱਥੇ ਲੱਗੇ ਹੋਏ ਆ ਅਤੇ ਹੁਣ ਅੰਦਰਲੀਆਂ ਸੱਟਾਂ ਵੱਜੀਆਂ, ਉਹ ਹੁਣ ਬਾਕੀ ਡਾਕਟਰ ਚੈੱਕ ਕਰ ਰਹੇ ਆ। ਸਾਨੂੰ ਸਰ ਫੋਨ ਆਇਆ ਕਿ ਵੀ ਇੱਦਾਂ ਦਾ ਇਹ ਦਲੀਪ ਦਾ ਫੋਨ ਆਇਆ, ਭਾਅ ਜੀ ਇੱਦਾਂ ਦਾ ਸੱਟਾਂ ਵੱਜੀਆਂ ਹੋਈਆਂ, ਤੁਸੀਂ ਆਓ। ਫਿਰ ਅਸੀਂ ਪਹੁੰਚੇ ਉੱਥੇ, ਪੁਲਿਸ ਨੂੰ ਸੂਚਿਤ ਕਰਤਾ, ਪੁਲਿਸ ਨੂੰ ਸੂਚਿਤ, ਅਸੀਂ ਸਿੱਧਾ ਪਲੇਸ ਚੈਰੀਟੇਬਲ ਲੈ ਗਏ। ਚੈਰੀਟੇਬਲ ਕਹਿੰਦੇ ਵੀ ਸਾਡੇ ਕੰਡੀਸ਼ਨ ਨਹੀਂ, ਤੁਸੀਂ ਵੱਡੇ ਹੋਸਪਿਟਲ ਲੈ ਜਾਓ, DMC ਲੈ ਜਾਓ। ਅਸੀਂ ਫਟਾਫਟ CMC ਲੈ ਕੇ ਆ, ਥਾਣਾ ਦਰੇਸੀ 10 ਨੰਬਰ ਚੌਂਕ। ਠੀਕ ਹੈ।